ਪੰਜਾਬੀ ਟੇਸ਼ਨ ਨਾਲ ਜੁੜੇ ਤੁਸੀਂ ਤੇ ਮੈਂ ਜੱਸੀ ਬੜੈਜ। ਦੋਸਤੋ ਗੱਲ ਕਰਾਂਗੇ ਅੱਜ ਬਾਲੀਵੁੱਡ ਦੀ। ਅੱਜ ਸਾਡੇ ਨਾਲ ਬਾਲੀਵੁੱਡ ਸਟਾਰ ਜਿਨ੍ਹਾਂ ਦੀ ਹਰ ਫਿਲਮ ਦੇ ਵਿੱਚ ਅਦਾਕਾਰੀ ਬਾ ਕਮਾਲ ਹੁੰਦੀ ਹੈ। ਸੋ ਸਾਡੇ ਨਾਲ ਬਾਲੀਵੁੱਡ ਸਟਾਰ ਅਖਿਲੇਂਦਰ ਮਿਸਰਾ ਜੀ। ਸਰ ਬਹੁਤ ਬਹੁਤ ਸਵਾਗਤ ਹੈ। ਧੰਨਵਾਦ, ਬਹੁਤ ਬਹੁਤ ਧੰਨਵਾਦ। ਕਿਵੇਂ ਹੋ ਸਰ? ਮੈਂ ਬਿਲਕੁਲ ਅੱਛਾ ਹੂੰ, ਮਸਤ ਹੂੰ, ਤੰਦਰੁਸਤ ਹੂੰ, ਸਵਸਥ ਹੂੰ। ਕੀ ਬਾਤ ਹੈ ਸਰ, ਆਪਕੋ ਦੇਖ ਕੇ ਹਮ ਸਭੀ ਤੰਦਰੁਸਤ ਹੋ ਜਾਤੇ ਹੈਂ, ਖਾਸ ਕਰ ਪੰਜਾਬੀ। ਜੀ 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 ਜੀ। ਔਰ ਪੰਜਾਬ ਤੋਂ ਆਪਣੇ ਆਪ ਮੈਂ ਮਸਤ ਭਰਾ ਜ਼ਮੀਨੋਂ ਕਾ ਰਾਜ੍ਯ ਹੈ, ਔਰ ਯਹਾਂ ਤੋਂ ਮਸਤੀ ਹੀ ਮਸਤੀ ਹੈ, ਸੰਗੀਤ ਹੀ ਸੰਗੀਤ ਹੈ, ਪੂਰਾ ਪੰਜਾਬ ਲੈਬੱਧ ਹੈ। ਸਰ ਜਬ ਚੰਡੀਗੜ੍ਹ ਮੈਂ ਆਤੇ ਹੋ, ਪੰਜਾਬ ਮੈਂ ਆਤੇ ਹੋ, ਤੋ ਕੌਨ ਸੀ ਐਸੀ ਚੀਜ਼ ਹੈ ਜੋ ਆਪਕੋ ਲਗਤਾ ਹੈ ਕਿ ਪੰਜਾਬ ਮੈਂ ਜਾਏਂਗੇ ਜਾਂ ਚੰਡੀਗੜ੍ਹ ਮੈਂ ਜਾਏਂਗੇ, ਸਭ ਸੇ ਪਹਿਲੇ ਜਾ ਕਰ ਜੇ ਇਸ ਚੀਜ਼ ਕੋ ਦੇਖੇਂਗੇ ਜਾਂ ਜੇ ਚੀਜ਼ ਕਰੇਂਗੇ ਜੇ ਖਾਏਂਗੇ ਜੇ ਕਿਆ ਕਰੇਂਗੇ? ਦੇਖੀ, ਚੰਡੀਗੜ੍ਹ ਆਨਾ ਇੱਕ ਅਲਗ ਹੈ ਮੇਰੇ ਲੀਏ, ਕਿਉਂਕਿ ਮੈਂ ਚੰਡੀ ਕਾ ਭਗਤ ਹੂੰ, ਔਰ ਚੰਡੀ ਕਾ ਗੜ੍ਹ ਹੈ ਚੰਡੀਗੜ੍ਹ। ਉਹ ਮਾਂ ਮਨਸ਼ਾ ਦੇਵੀ ਹੋ, ਮਾਂ ਕਾਲਕਾ ਦੇਵੀ ਹੋ, ਮਾਂ ਚੰਡਿਕਾ ਦੇਵੀ ਹੋ, ਤੋ ਮੈਂ ਯਹਾਂ ਜਬ ਆਤਾ ਹੂੰ ਤੋ ਆਪਣੇ ਆਪ ਆਸ਼ੀਰਵਾਦ ਪ੍ਰਾਪਤ ਕਰਨੇ ਆਤਾ ਹੂੰ, ਆਪਣੇ ਲੀਏ, ਆਪਣੇ ਦੇਸ਼ ਕੇ ਲੀਏ, ਪੂਰੇ ਵਿਸ਼ਵ ਕੇ ਲੀਏ ਮੈਂ ਕਾਮਨਾ ਕਰਤਾ ਹੂੰ ਕਿ ਸਭ ਕੁਛ ਅੱਛਾ ਅੱਛਾ ਹੋ, ਔਰ ਇਹ ਮੌਕਾ ਢੂੰਡਤਾ ਰਹਿਤਾ ਹੂੰ ਚੰਡੀਗੜ੍ਹ ਆਨੇ ਕੇ ਲੀਏ, ਕਭੀ ਸ਼ੂਟਿੰਗ ਕੇ ਲੀਏ, ਕਭੀ ਸੈਮੀਨਾਰ ਕੇ ਲੀਏ, ਅਭੀ ਇਸ ਬਾਰ ਆਇਆ ਹੂੰ ਫਿਲਮ ਫੈਸਟੀਵਲ ਕੇ ਲੀਏ, ਤੋ ਬਹੁਤ ਉਤਸ਼ਾਹਿਤ ਹੂੰ, ਉਤਸੁਕ ਹੂੰ। ਸਰ ਆਪਣੇ ਬਹੁਤ ਸਾਰੇ ਫੈਸਟੀਵਲ ਦੇਖੇ ਹੋਗੇ, ਬੰਬੇ ਮੈਂ ਦੇਖੇ ਹੋਗੇ, ਅੱਜ ਚੰਡੀਗੜ੍ਹ ਮੈਂ ਫੈਸਟੀਵਲ ਹੋ ਰਿਹਾ ਹੈ, ਕੈਸਾ ਲੱਗ ਰਿਹਾ ਹੈ ਆਪਕੋ? ਕੈਸਾ ਕੋਈ ਮਤਲਬ ਐਸਾ ਤੋਂ ਨਹੀਂ ਲਗਾ, ਨਹੀਂ ਕੋਈ ਫਰਕ ਤੋਂ ਨਹੀਂ ਲਗਾ ਆਪਕੋ, ਜੈਸੇ ਬੰਬੇ ਮੈਂ ਜੇ ਹੋਤਾ ਹੈ, ਯਹਾਂ ਪੇ ਜੇ ਹੋਤਾ ਹੈ, ਜਾਂ ਕੈਸਾ ਲਗਾ ਆਪਕੋ ਇਹ ਚੀਜ਼? ਨਹੀਂ ਨਹੀਂ, ਇਹ ਤਾਂ ਚੰਡੀਗੜ੍ਹ ਵਿਸ਼ਵਵਿਦਿਆਲਿਆ ਕਾ ਪ੍ਰਾਂਗਣ ਹੈ, ਯਹਾਂ ਤੋਂ ਚਾਰੋ ਤਰਫ ਜਹਾਂ ਦੇਖ ਰਹਾ ਹੂੰ ਮੈਂ, ਅਭੀ ਆਤੇ ਹੋਏ ਦੇਖ ਰਹਾ ਥਾ, ਚਾਰੋ ਤਰਫ ਵਿਦਿਆਰਥੀ ਵਿਦਿਆਰਥੀ ਹੈ, ਯੁਵਾ ਹੈ, ਈਕਵਲ ਟੂ MC ਸਕੁਆਇਰ, ਹਾਇਰ ਦਾ ਏਜ ਲੋਅਰ ਦਾ ਐਨਰਜੀ, ਲੋਅਰ ਦਾ ਏਜ ਹਾਇਰ ਦਾ ਐਨਰਜੀ, ਤੋ ਜਿਤਨੇ ਬੱਚੇ ਹੈ ਸਭ ਇਕਦਮ ਊਰਜਾਵਾਨ ਹੈ, ਊਰਜਾ ਲੈ ਕੇ ਘੁੰਮ ਰਹੇ, ਚਾਰੋ ਤਰਫ ਐਨਰਜੀ ਹੀ ਐਨਰਜੀ ਹੈ, ਤੋ ਅਲਗ ਇੱਕ ਅਲਗ ਉਤਸ਼ਾਹ ਹੈ, ਅਲਗ ਉਮੰਗ ਹੈ, ਅਲਗ ਤਰੰਗ ਹੈ, ਅਲਗ ਜੋਸ਼ ਹੈ, ਅਲਗ ਖਰੋਸ਼ ਹੈ, ਤੋ ਚੰਡੀਗੜ੍ਹ ਕਾ ਇਹ ਇੰਟਰਨੈਸ਼ਨਲ ਫਿਲਮ ਫੈਸਟੀਵਲ, ਉਹ ਵੀ ਚੰਡੀਗੜ੍ਹ ਵਿਸ਼ਵਵਿਦਿਆਲਿਆ ਕੇ ਪ੍ਰਾਂਗਣ ਮੈਂ, ਤੋ ਇਹ ਅਦਭੁਤ ਅਨੁਭਵ ਹੈ। ਸਰ ਚੰਡੀਗੜ੍ਹ ਯੂਨੀਵਰਸਿਟੀ ਮੈਂ ਆਇਓ, ਕਿਆ ਆਪਕੋ ਚੀਜ਼ ਕੋਈ ਬਦਗਣ ਯਾਦ ਆਈ ਆਪਕੀ ਸਟੂਡੈਂਟ ਲਾਈਫ ਕੀ, ਕਿ ਯਾਰ ਇਹ ਚੀਜ਼ ਅੱਜ ਯਾਦ ਆ ਗਈ ਕਿਸੀ ਸਟੂਡੈਂਟ ਕੋ ਦੇਖ ਕਰ ਯਾ ਵੋ ਮਾਹੌਲ ਦੇਖ ਕਰ? ਬਹੁਤ ਹੀ ਆਲੀਸ਼ਾਨ ਕੈਂਪਸ ਹੈ, ਯਹਾਂ ਪੜ੍ਹਨੇ ਵਾਲੇ ਹਰੇਕ ਵਿਦਿਆਰਥੀ ਬਹੁਤ ਭਾਗਸ਼ਾਲੀ ਹੈ, ਐਸਾ ਕੈਂਪਸ ਵਿਦਿਆਰਥੀ ਜੀਵਨ ਮੈਂ ਬਹੁਤ ਰੇਅਰ ਮਿਲਤਾ ਹੈ, ਬਹੁਤ ਭਾਗਸ਼ਾਲੀ ਵਿਦਿਆਰਥੀਓ ਕੋ ਮਿਲਤਾ ਹੈ। ਹਮਾਰਾ ਜੋ ਵਿਸ਼ਵਵਿਦਿਆਲਿਆ ਥਾ, ਬਿਹਾਰ ਵਿਸ਼ਵਵਿਦਿਆਲਿਆ, ਉਹ ਇਤਨਾ ਬੜਾ ਨਹੀਂ ਥਾ, ਔਰ ਉਸ ਜ਼ਮਾਨੇ ਮੈਂ ਸਾਰੇ ਵਿਸ਼ਵਵਿਦਿਆਲਿਆ ਛੋਟੇ ਛੋਟੇ ਹੁਆ ਕਰਦੇ ਥੇ, ਮੈਂ ਬਾਤ ਕਰ ਰਹਾ ਹੂੰ 40 ਸਾਲ ਪਹਿਲੇ ਕੀ, ਔਰ ਅਬ ਵਿਸ਼ਵਵਿਦਿਆਲਿਆ ਕਾ ਜੋ ਬ੍ਰਿਹਦ ਰੂਪ ਹੋ ਗਿਆ ਹੈ, ਵਿਸ਼ਵਵਿਦਿਆਲਿਆਓ ਮੈਂ ਅਲਗ 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 ਵਿਸ਼ੇ ਵਸਤੂ ਕੀ ਪੜ੍ਹਾਈਆਂ ਹੋ ਰਹੀ ਹੈ, ਹਰ ਚੀਜ਼ ਕੇ ਲੀਏ ਪੜ੍ਹਾਈ ਹੈ, ਹਰ ਚੀਜ਼ ਕੇ ਲੀਏ ਅਲਗ ਵਿਭਾਗ ਹੈ, ਵਿਦਿਆਰਥੀ ਚਾਹੇ ਤਾਂ ਉਹ ਹਮਾਰੇ ਯਹਾਂ ਕਿਆ ਥਾ, ਡਾਕਟਰੀ ਥਾ, ਇੰਜੀਨੀਅਰਿੰਗ ਥਾ, ਹੈਂ ਫਿਜਿਕਸ ਔਨਰਸ ਕਰ ਲਿਆ ਹਮਨੇ, ਕੋਈ ਕੈਮਿਸਟਰੀ ਔਨਰਸ ਕਰ ਰਿਹਾ, ਕੋਈ ਮੈਥਮੈਟਿਕਸ, ਕੋਈ ਬਾਇਓਲੋਜੀ, ਹੈਂ ਹਿਸਟਰੀ ਵਾਲਾ ਹਿਸਟਰੀ ਮੈਂ ਗਿਆ, ਜੋਗ੍ਰਾਫੀ ਵਾਲਾ ਯਹੀ ਥਾ, ਆਜ ਤੋ ਭਾਈ ਕਿਆ ਪੜ੍ਹ ਰਹੇ ਹੋ? ਜੀ ਹਮ ਮਾਸ ਕੌਮ ਕਰ ਰਹੇ ਹੈ, ਅੱਜ ਕਿਆ ਪੜ੍ਹ ਰਹੇ? ਸਿਨੇਮਾ ਪੜ੍ਹ ਰਹੇ ਹੈ, ਅੱਜ ਕਿਆ ਪੜ੍ਹ ਰਹੇ? ਫੋਟੋਗ੍ਰਾਫੀ ਪੜ੍ਹ ਰਹੇ, ਡਾਇਰੈਕਸ਼ਨ ਪੜ੍ਹ ਰਹੇ, ਐਕਟਿੰਗ ਪੜ੍ਹ ਰਹੇ, ਹਰ ਚੀਜ਼ ਪੜ੍ਹ ਰਹੇ, ਪੱਤਰਕਾਰਿਤਾ ਪੜ੍ਹ ਰਹੇ, ਤੋ ਹਰ ਚੀਜ਼, ਹੋਟਲ ਮੈਨੇਜਮੈਂਟ ਪੜ੍ਹ ਰਹੇ, ਕਿਆ ਪੜ੍ਹ ਰਹੇ? ਇਨਵਾਇਰਮੈਂਟ ਪੜ੍ਹ ਰਹੇ, ਅਭੀ ਅਭੀ ਹਮ ਜਿਸ ਗਾੜੀ ਸੇ ਆਏ, ਜੋ ਦੀਪਕ ਗਾੜੀ ਚਲਾ ਰਹਾ ਹੈ ਲੜਕਾ, ਵੋ ਇਨਵਾਇਰਮੈਂਟ ਪੜ੍ਹ ਰਹਾ ਹੈ, ਬਤਾਈਏ, ਤੋ ਆਪਣੇ ਆਪ ਮੈਂ ਇੱਕ ਅਦਭੁਤ ਬਾਤ ਹੈ, ਇਤਨੇ ਵਿਸ਼ਿਓ ਕੀ ਪੜ੍ਹਾਈ ਸ਼ੁਰੂ ਹੋ ਗਈ ਹੈ, ਤੋ ਭਾਰਤ ਵਰਸ਼ ਅਬ ਸ਼ਿਕਸ਼ਾ ਕੇ ਦਿਸ਼ਾ ਮੈਂ ਮੁਝੇ ਲਗਤਾ ਹੈ ਕਿ ਅਗ੍ਰਗਣੀ ਹੋਣੇ ਵਾਲਾ ਹੈ ਵਿਸ਼ਿਓ ਮੈਂ। ਸਰ ਇੱਕ ਖਾਸ ਬਾਤ ਹੈ, ਜੋ ਹਮ ਸਿਨੇਮਾ ਕੋ ਕੰਪੈਰੀਜ਼ਨ ਕਰਤੇ ਹੈ, ਅਗਰ ਬਾਲੀਵੁੱਡ ਸਾਊਥ ਕੇ ਕੰਪੈਰੀਜ਼ਨ, ਕਿਆ ਹੋਤਾ ਹੈ ਕਿ ਕੰਪੈਰੀਜ਼ਨ ਕਰਨਾ ਚਾਹੀਏ, ਸਿਨੇਮਾ ਤੋਂ ਇੱਕ ਹੋਣਾ ਚਾਹੀਏ, ਤੋ ਇੱਕ ਐਕਟਿੰਗ ਹੈ, ਕਲਾ ਹੈ, ਇੱਕ ਹੋਣਾ ਚਾਹੀਏ, ਆਪਕੋ ਨਹੀਂ ਲੱਗਦਾ ਕਿ ਇਸਕੋ ਕੰਪੈਰੀਜ਼ਨ ਨਹੀਂ ਕਰਨਾ ਚਾਹੀਏ ਕਭੀ? ਦੇਖੀ, ਸਿਨੇਮਾ ਜੋ ਹੈ ਵੋ ਇੱਕ ਅਲਗ ਮਾਧਿਅਮ ਹੈ, ਦੋ ਯਥਾਰਥੋਂ ਕਾ ਮਿਲਨ ਹੈ ਸਿਨੇਮਾ, ਸਿਨੇਮਾ ਕੋ ਸਮਝਣਾ ਪੜੇਗਾ, ਔਰ ਹਮਾਰੇ ਯਹਾਂ ਤਕਲੀਫ ਯੇ ਹੈ ਇਸ ਸਮੇਂ ਭਾਰਤੀਯ ਸਿਨੇਮਾ ਮੈਂ ਕਿ ਉਹ ਸਿਨੇਮਾ ਕੋ ਸਮਝ ਨਹੀਂ ਪਾ ਰਹੇ ਹੈ, ਸਿਨੇਮਾ ਕੋ ਸਿਰਫ ਪੈਸਾ ਕਮਾਨੇ ਕੀ ਵਿਧੀ ਸਮਝ ਰਹੇ ਹੈ, ਕਿ ਇਹ ਮਾਧਿਅਮ ਪੈਸਾ ਕਮਾਨੇ ਕੇ ਲੀਏ, ਇਹ ਬਣਾ ਲੋ, ਯੇ ਪਲੋਟ ਰੱਖ ਲੋ, ਯੇ ਹੀਰੋਇਨ ਰੱਖ ਲੋ, ਯੇ ਹੀਰੋ ਰੱਖ ਲੋ, ਇਸਕੋ ਐਸੇ ਕੱਪੜੇ ਪਹਿਨਾ ਦੋ, ਹੈਂ ਯੇ ਐਸੀ ਹੋਗੀ, ਗਾਣੇ ਐਸੇ ਹੋਗੇ, ਬਸ ਯੇ ਸਿਨੇਮਾ ਨਹੀਂ, ਦੋ ਯਥਾਰਥੋਂ ਕਾ ਮਿਲਨ ਸਿਨੇਮਾ ਹੈ, ਇੱਕ ਯਥਾਰਥ ਆਜ ਕਾ ਜੋ ਆਜ ਦਰਸ਼ਕ ਕਾ ਯਥਾਰਥ ਹੈ, ਔਰ ਇੱਕ ਯਥਾਰਥ ਵੋ ਜੋ ਕਹਾਣੀ ਮੈਂ ਸਿਨੇਮਾ ਪੇ ਜੋ ਚੱਲ ਰਹਾ ਹੈ, ਜੋ ਪ੍ਰਿਸ਼ਠਭੂਮੀ ਹੈ, ਉਸ ਚਰਿੱਤਰ ਕਾ ਯਥਾਰਥ ਕਿਆ ਹੈ,
तो वो यथार्थ आज के यथार्थ से मिल रहा है, तो दो यथार्थों का जो मिलन है वो सिनेमा है, ये समझना पड़ेगा। क्या बात है। तो फिर कंपेयर करने की आवश्यकता भी नहीं होगी। क्या बात है। सो आने वाले दिनों में, इन फ्यूचर में आपके क्या क्या प्रोजेक्ट हैं जो आ रहे हैं? देखिए, मेरे क्या क्या, मेरे कोई प्रोजेक्ट नहीं है। मेरे सारे प्रोजेक्ट हमारे भोलेनाथ तय करते हैं। भोलेनाथ जो तय करेंगे, जो करवाएंगे, इस सृष्टि में जिस कारण बुलाया उन्होंने, उसका एक कारण है। हर मनुष्य का आना इस मंच पे, इस विश्व रूपी मंच पे, उसका कारण है। और सबको एक एक प्रोजेक्ट उन्होंने दिया हुआ है, तो सब अपना अपना कर रहे हैं, अपना अपना कंट्रीब्यूशन समाज के प्रति, राष्ट्र के प्रति, विश्व के प्रति, सृष्टि के प्रति, पर्यावरण के प्रति, पहाड़ों, नदियों, जंगलों, झरनों, खेती, गेहूं, चावल, मकई, चना, सबके लिए, सबका अपना अपना रोल है और वो निभाए जा रहे हैं। कोई एजुकेशन में है, कोई सिनेमा में है, कोई कानून में है, कोई मेडिकल में है, कोई इंजीनियरिंग में है, तो सबका रोल बटा हुआ है। तो जिस कारण मुझे भी बुलाया गया है, वो मुझे भी एक प्रोजेक्ट दे के ही रखे हैं, और जैसा जैसा करवाते जाएंगे हम करते चले जाएंगे। क्या बात है सर, सच्ची में मज़ा आ गया आपको, इतनी एनर्जी के साथ आपने बातचीत की, आनंद आ गया सबको मिलके। थैंक यू सर, धन्यवाद, बहुत बहुत।